मैं रिपोर्टर स्नेहा धीर, सांझा पंजाब टीवी, अमृतसर। हाँ जी सर, जिहड़ा धरना लगाया गया भंडारी पुल दे, इहदे बारे की कहना चाहते हो? अज जी असी ਸਾਡੀ ਆਮ ਆਦਮੀ ਪਾਰਟੀ ਪੂਰੇ ਹਿੰਦੁਸਤਾਨ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜਾ ਤਾਨਾਸ਼ਾਹੀ ਦੇ ਖਿਲਾਫ਼ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹਦੇ ਖਿਲਾਫ਼ ਜਿਹੜੇ ਧਰਨੇ ਲੱਗ ਰਹੇ ਨੇ ਅੰਮ੍ਰਿਤਸਰ ਦੇ ਵਿੱਚ। ਸਾਡੇ ਮਾਣਯੋਗ ਬੜੇ ਹੀ ਸਨਮਾਨਯੋਗ ਸਾਡੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਕੈਂਡੀਡੇਟ ਔਰ ਮੰਤਰੀ ਸਾਹਿਬ ਧਰਨਾ ਇੱਥੇ ਲੱਗਿਆ, ਔਰ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਖਟਕੜ ਗਰਾਜ ਪਿੰਡ ਵਿਖੇ ਜਿਹੜਾ ਉਹਨਾਂ ਨੇ ਧਰਨਾ। ਸੋ ਇਹ ਧਰਨਾ ਜਿਹੜਾ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਲੋਕਤੰਤਰ ਨੂੰ ਬਚਾਉਣ ਲਈ, ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਲਈ, ਹਿੰਦੁਸਤਾਨ ਦੀ ਜਮਹੂਰੀਅਤ ਨੂੰ ਬਚਾਉਣ ਲਈ ਇਹ ਜਿਹੜਾ ਧਰਨਾ ਸੀ। ਬੀਜੇਪੀ ਵੱਲੋਂ ਤੁਹਾਡੇ ਕੈਂਡੀਡੇਟ ਨੂੰ, ਕੋਈ ਵੀ ਕੈਂਡੀਡੇਟ ਹੈ ਪੂਰੇ ਪੰਜਾਬ 'ਚ, ਉਹਨਾਂ 25-25 ਲੱਖ ਰੁਪਏ ਔਫਰ ਦੇ ਰਹੀ ਕੀ ਇਹ ਗੱਲ ਬਿਲਕੁਲ ਸੱਚ? 25 ਕਰੋੜ ਨੋਟਿਸ ਜਿਹੜਾ ਆਪਰੇਸ਼ਨ ਹੈ ਉਹ ਤਾਂ ਬੜੀ ਦੇਰ ਤੋਂ ਚੱਲ ਰਿਹਾ, ਤੁਹਾਨੂੰ ਪਤਾ ਹੀ। ਇਹ ਜਿਹੜਾ ਇਹਨਾਂ ਨੇ ਲੋਕਾਂ ਨੂੰ ਐਕਸਟੋਰਸ਼ਨ ਕਰਕੇ ਵਪਾਰੀਆਂ ਕੋਲੋਂ ਹਿੰਦੁਸਤਾਨ ਦੇ ਜਿਹੜੇ ਵੱਡੇ ਵੱਡੇ ਵਪਾਰੀ ਨੇ ਉਹਨਾਂ ਨੂੰ ਜਿਹੜੇ ਫਾਇਦੇ ਦੇ ਕੇ ਜਿਹੜਾ ਪੈਸਾ ਇਕੱਠਾ ਕੀਤਾ 1000 ਕਰੋੜ ਰੁਪਇਆ, 8600 ਕਰੋੜ ਰੁਪਇਆ ਤਾਂ ਬਣਦੇ ਆ ਨਾ ਕਿ ਸਾਡੇ ਕੋਲ ਪਿਆ, ਜਿਹੜਾ ਕਿ ਇਲੈਕਟਰਲ ਵੋਟ ਦੇ ਰਾਹੀਂ ਇਹਨਾਂ ਨੇ ਪਿਆ, ਉਸ ਪੈਸੇ ਇਹ ਤਾਂ ਦੇਖ ਹੀ ਰਹੇ ਹੋ ਤੁਸੀਂ ਸੋਸ਼ਲ ਮੀਡੀਆ 'ਤੇ। ਗੋਦੀ ਮੀਡੀਆ ਤਾਂ ਦਿਖਾਉਂਦਾ ਕੁਛ ਨਹੀਂ, ਨਾ ਉਹਨਾਂ ਨੇ ਦਿਖਾਉਣਾ, ਮਗਰ ਤੁਹਾਡੇ ਵਰਗਾ ਜਿਹੜਾ ਮੀਡੀਆ, ਜਿਹੜਾ ਨਿਸ਼ਪਕਸ਼ ਮੀਡੀਆ, ਉਹਦੇ ਤੋਂ ਸਾਨੂੰ ਆਸ ਹੈ ਕਿ ਉਹ ਸੱਚਾਈ ਦਿਖਾਉਣਗੇ ਕਿ ਜਿੰਨੇ ਵੀ ਫੋਨ ਆ ਸਾਡੇ ਹਲਕੇ ਦੇ ਲੋਕ ਸਭਾ ਅੰਮ੍ਰਿਤਸਰ ਲੋਕ ਸਭਾ 'ਚ, ਅਜਨਾਲੇ 'ਚ ਵੀ ਗਏ ਸੀ ਕੈਂਡੀਡੇਟ ਸਾਹਿਬ ਸੰਧੂ ਸਾਹਿਬ, ਉੱਥੇ ਵੀ ਕਿਸਾਨਾਂ ਨੇ ਉਹਨਾਂ ਦਾ ਪੂਰਾ ਵਿਰੋਧ ਕੀਤਾ। ਸੋ ਇਹ BJP ਜਿਹੜੀ ਹੈ ਐਂਟੀ ਕਿਸਾਨ ਹੈ, ਐਂਟੀ ਮਜ਼ਦੂਰ ਹੈ, ਐਂਟੀ ਵਪਾਰੀ ਹੈ, ਹਰ ਜਿੰਨਾ ਵੀ ਵਰਗ ਹੈ ਉਹ ਹਰ ਇੱਕ ਦੇ ਅਗੇਂਸਟ ਹੈ ਪਾਰਟੀ। ਸੋ ਪੰਜਾਬ ਦੇ ਲੋਕ ਜਾ ਚੁੱਕੇ ਨੇ, ਪੰਜਾਬ 'ਚ ਇਹਨਾਂ ਨੂੰ ਕੁਛ ਨਹੀਂ ਲੱਭਣ। ਇੱਧਰ ਦੇ ਲੋਕਾਂ ਨੂੰ ਕੀ ਮੈਸੇਜ ਦਿਓਗੇ? ਅੱਜ ਮੈਸੇਜ ਇਹੋ ਹੀ ਹੈ ਕਿ ਜੇ ਆਪਾਂ ਲੋਕ ਚਾਹੁੰਦੇ ਹਾਂ ਕਿ ਇਸ ਤਾਨਾਸ਼ਾਹੀ ਨੂੰ ਖਤਮ ਕੀਤਾ ਜਾਵੇ, ਇਹ ਜਿਹੜੇ ਤਾਨਾਸ਼ਾਹ ਆਗ ਉੱਪਰ ਬੈਠ ਗਏ ਨੇ, ਜਿਹੜੇ ਲੋਕਤੰਤਰ ਦੀ ਹੱਤਿਆ ਕਰਨਾ ਚਾਹੁੰਦੇ ਨੇ, ਸੰਵਿਧਾਨ ਨੂੰ ਬਦਲਣਾ ਚਾਹੁੰਦੇ ਨੇ, ਜੇ ਆਪਾਂ ਸਾਰੇ ਇਹ ਚਾਹੁੰਦੇ ਹਾਂ ਕਿ ਇਹ ਕੁਛ ਨਾ ਹੋਵੇ, ਤਾਂ ਅਸੀਂ 1 ਤਰੀਕ ਵਾਲੇ ਦਿਨ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ 'ਤੇ ਮੈਂ ਕਹਿਣਾ ਚਾਹੁੰਦਾ, 1 ਜੂਨ ਵਾਲੇ ਦਿਨ ਤੁਸੀਂ ਸਾਰੇ ਜਿਹੜੇ ਆਪਣੇ ਵੋਟ ਦਾ ਜਿਹੜਾ ਹੱਕ ਹੈ ਉਹਨੂੰ ਇਸਤੇਮਾਲ ਕਰੋ, ਔਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਜਿਤਾਓ, ਤਾਂ ਕਿ ਜਿਹੜਾ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਸਲੋਗਨ ਦਿੱਤਾ, ਪੰਜਾਬ ਬਣੇਗਾ ਹੀਰੋ ਇਸ ਵਾਰ 13 ਜੀ, ਉਹਨੂੰ ਸੱਚ ਸਾਬਤ ਕਰੇ। ਮਗਰ ਬਹੁਤ ਮਹਿੰਗਾ ਸੌਦਾ ਪਊਗਾ ਮੋਦੀ ਨੂੰ, 4 ਜੂਨ ਨੂੰ ਜੋ ਰਿਜ਼ਲਟ ਆਊਗਾ, ਮਗਰ ਜਿਵੇਂ ਕਾਂਗਰਸ ਵੀ ਨਾਲ ਆਈ ਤੁਹਾਡੇ ਆਮ ਆਦਮੀ ਦੇ, ਠੀਕ ਹੈ, ਇਹ ਪੂਰੀ ਉਮੀਦ ਹੈਗੀ ਹੈ ਕਿ ਆਪਾਂ ਜਿੱਤ ਕੇ ਦਿਖਾਵਾਂਗੇ। ਸਰ ਕੱਲੀ ਕਾਂਗਰਸ ਨਹੀਂ ਆਈ, ਨੈਸ਼ਨਲ ਲੈਵਲ ਤੇ ਇੰਡੀਆ ਅਲਾਈਅੰਸ ਬੜੀਆਂ ਪਾਰਟੀਆਂ, 28 ਪਾਰਟੀਆਂ ਦੇ ਸਭ ਲੋਕ ਲੱਗੇ ਆ ਕਿ ਕਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚੋਂ ਡੈਮੋਕ੍ਰੇਸੀ ਦੀ ਬਹਾਲੀ ਵਾਸਤੇ ਇਹ ਤਾਨਾਸ਼ਾਹੀ ਰਾਜ ਜਿਹੜਾ ਉਹ ਖਤਮ ਕੀਤਾ, ਉਹਦੀ ਉਪਰਾਲੇ ਕਰ ਰਹੇ ਉਹ ਖਤਮ ਹੋਏ। ਮਗਰ ਅੱਜ ਤੱਕ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਇਹ ਮੈਸੇਜ ਇਹੀ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਮਤਲਬ ਜਿਹੜਾ ਤਕੜੇ ਹੋ ਕੇ ਜਿਹੜਾ ਜ਼ੁਲਮ ਹੋ ਰਿਹਾ ਇਹਦੇ ਖਿਲਾਫ਼ ਆਵਾਜ਼ ਬੁਲੰਦ ਕਰੋ, ਅਤੇ ਜ਼ੁਲਮ ਨੂੰ ਜਿਹੜਾ ਵੋਟ ਦੇ ਰਾਹੀਂ ਠੀਕ ਕੀਤਾ ਜਾ ਸਕੇ।
ਬੀਜੇਪੀ ਦੇ ਖਿਲਾਫ ਵੋਟ ਪਾਓ ਔਰ 4 ਤਰੀਕ ਨੂੰ ਤੁਸੀਂ ਦੇਖੋ ਕਿੱਦਾਂ ਰਿਜ਼ਲਟ ਹੋ। ਠੀਕ ਹੈ ਕਿ ਮੋਦੀ ਸਰਕਾਰ ਕਿਸੇ ਆਮ ਪਾਰਟੀ ਦੇ ਖਿਲਾਫ ਨਹੀਂ ਚੱਲੇਗੀ। ਬਿਲਕੁਲ ਮੋਦੀ ਸਰਕਾਰ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਤੋੜ ਦਿੱਤੀ ਜਾਵੇ। ਉਹ ਕੇਜਰੀਵਾਲ ਤੋਂ ਡਰਦੀ, ਆਮ ਆਦਮੀ ਪਾਰਟੀ ਤੋਂ ਡਰਦੀ, ਪਰ ਇੱਦਾਂ ਨਹੀਂ ਹੋਊਗਾ। ਲੋਕ ਸਾਰੇ ਹਿੰਦੁਸਤਾਨ ਦੇ ਇੱਕ ਕੇਜਰੀਵਾਲ ਨੂੰ ਜੇ ਦਿੱਤਾ ਤਾਂ ਸਾਰੇ ਕਰਕਾ ਦੇ ਵਿੱਚ ਕੇਜਰੀਵਾਲ ਨੂੰ, ਉਹਨਾਂ ਦੀ ਸੋਚ ਇਸਲੇ ਕਰਕਾ ਦੇ ਵਿੱਚ ਪਹੁੰਚ ਚੁੱਕੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਕੋਈ ਬੰਦਾ ਤੋੜ ਨਹੀਂ ਸਕਦਾ। ਸਰ ਜਿਵੇਂ ਮਹਿੰਗਾਈ ਕਿਸੀ ਹੈ, ਮੋਦੀ ਸਰਕਾਰ ਨੇ ਹਰ ਚੀਜ਼ ਦਾ ਰੇਟ ਵਧਾਤਾ ਗਿਆ, ਮਗਰ ਜੇ ਆਮ ਆਦਮੀ ਨੇ ਕੋਈ ਨੌਕਰੀਆਂ ਵੀ ਦਵਾਈਆਂ ਵਗੈਰਾ, ਇੱਥੇ ਹਸਪਤਾਲ ਵੀ ਖੋਲ੍ਹੇ ਗਏ ਵਗੈਰਾ, ਹਰ ਚੀਜ਼ ਕੀਤੀ ਹੈ, ਮਗਰ ਇੱਥੇ ਜੇ ਮੋਦੀ ਸਾਹਿਬ ਹੈਗੇ ਕਹਿੰਦੇ ਮੈਂ ਇੱਥੇ ਪੰਜਾਬ ਵਿੱਚ ਵੀ ਜਿੱਤ ਕੇ ਖਾਵਾਂਗਾ। ਸਰ 4 ਜੂਨ ਵੇਟ ਕਰੋ, 4 ਜੂਨ ਵੇਟ ਕਰੋ, ਦੇਖਿਓ ਇਸਲੇ ਤੱਕ ਤੁਹਾਨੂੰ ਪਤਾ ਲੱਗ ਜੂ। ਠੀਕ ਹੈ ਜੀ, ਓਕੇ, ਚਲੋ ਜੀ, ਇੱਧਰ ਆਓ ਜੀ। ਹਾਂਜੀ ਸਰ, ਮੈਂ ਮਨੀਸ਼ ਅਗਰਵਾਲ, ਜ਼ਿਲ੍ਹਾ ਪਟਿਆਲਾ ਅੰਮ੍ਰਿਤਸਰ ਤੋਂ। ਅੱਜ ਭੰਡਾਰੀ ਪੁੱਲ ਜਿਹੜਾ ਧਰਨਾ ਲਗਾਇਆ ਗਿਆ, ਇਹ ਕੀ ਚੀਜ਼ ਦਾ ਲਗਾਇਆ ਗਿਆ? ਦੇਖੋ ਜੀ, ਜਿਹੜੀ ਇਹ ਤਾਨਾਸ਼ਾਹੀ ਸਰਕਾਰ ਹੈ ਨਾ, ਸਾਡੇ ਸੁਪਰੀਮੋ, ਸਾਡੇ ਸੀਐਮ ਅਰਵਿੰਦ ਕੇਜਰੀਵਾਲ ਜੀ ਨੂੰ ਬਿਨਾਂ ਕਿਸੇ ਗੱਲ ਤੋਂ ਇਲੀਗਲ ਤਰੀਕੇ ਦੇ ਨਾਲ ED ਨੇ ਅੰਦਰ ਰੱਖਿਆ, ਉਹ ਤਾਨਾਸ਼ਾਹੀ ਵਾਸਤੇ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਆਹ ਧਰਨਾ ਲਗਾ ਰਹੇ ਹਾਂ ਅਤੇ ਬੜਾ ਪੀਸਫੁਲ ਧਰਨਾ ਲਗਾ ਰਹੇ ਹਾਂ, ਤਾਂ ਕਿ ਨਾ ਕਿਸੇ ਨੂੰ ਕੋਈ ਲੋਕਾਂ ਨੂੰ ਡਿਸਕਸ਼ਨ ਹੈ ਟ੍ਰੈਫਿਕ ਦੀ। ਇਹ ਦੇਖੋ ਕਿ ਜਿਹੜੇ ਬੰਦੇ ਹਫ਼ਤਾ ਲੈਂਦੇ ਨੇ ਨਾ ਰੇਹੜੀਆਂ ਤੋਂ, ਉਹ ਇੱਕ ਔਰਗਨਾਈਜ਼ ਤਰੀਕਾ ਬਣਾ ਰਿਹਾ ਹੈ ਮੌਜੂਦਾ BJP ਸਰਕਾਰ ਨੇ ਇਲੈਕਟੋਰਲ ਬੌਂਡ ਦੇ ਥਰੂ, ਔਰ ਵਿੰਡੋ ਫਾਰਮੇਸੀ ਦਾ ਜਿਹੜੇ ਤੁਹਾਡੇ ਡਾਇਰੈਕਟਰ ਡਾਕਟਰ ਰੈਡੀ ਨੇ ਉਹਨਾਂ ਨੂੰ ਅੰਦਰ ਕੀਤਾ ਗਿਆ, ਕਿੰਨੇ ਮਹੀਨੇ ਬਾਅਦ ਉਹਨਾਂ ਨੂੰ ਅਪਰੂਵਲ ਬਣਾਇਆ ਗਿਆ, ਉਸ ਅਪਰੂਵਲ ਦੀ ਸਟੇਟਮੈਂਟ ਪੇ ਕੇਜਰੀਵਾਲ ਸਾਹਿਬ ਨੂੰ ਅੰਦਰ ਕੀਤਾ ਗਿਆ, ਉਹਨਾਂ ਨੂੰ ਬੇਲ ਦਿੱਤੀ ਗਈ, ਉਹਨਾਂ ਨੇ 35 ਤੋਂ 50 ਕਰੋੜ ਦਾ ਚੰਦਾ ਵੀ ਦਿੱਤਾ ਥਰੂ ਇਲੈਕਟੋਰਲ ਬੌਂਡ। ਅਤੇ ਇੱਕ ਸਿਟਿੰਗ CM ਨੂੰ ਤੁਸੀਂ ਅੰਦਰ ਕਰਦੇ ਹੋ, ਤੁਹਾਡਾ ਨਾਂ ਕੀ ਹੈ? ਥੋੜ੍ਹਾ ਉੱਚੀ ਬੋਲੋ। ਅੱਜ ਜਿਹੜਾ ਭੰਡਾਰੀ ਪੁੱਲ ਧਰਨਾ ਲਗਾਇਆ ਗਿਆ, ਕੀ ਚੀਜ਼ ਦਾ ਲਗਾਇਆ ਗਿਆ? ਅਤੇ ਕੇਜਰੀਵਾਲ ਜਿਹੜੇ 15 ਦਿਨ ਅੰਦਰ ਰਹੇ ਆ ਅਤੇ ਵਗੈਰਾ, ਇਹ ਵੋਟਾਂ ਕਰਕੇ ਹੋ ਰਿਹਾ? ਦੇਖੋ ਜੀ, ਵੋਟਾਂ ਦਾ ਤਾਂ ਅਸੀਂ ਬਾਅਦ 'ਚੋਂ ਗੱਲ ਕਰਾਂਗੇ, ਪਹਿਲਾਂ ਤਾਂ ਗੱਲ ਇਹ ਕਿ ਜਿਹੜੇ ਸਾਡੇ ਲੀਡਰ ਕੰਮ ਕਰਦੇ ਪਏ ਨੇ ਉਹਨਾਂ ਨੂੰ ਇਹ ਅਰੈਸਟ ਕਰੀ ਜਾ ਰਹੇ ਨੇ। ਮਤਲਬ ਕਿ ਆਪ ਦੇਖੋ ਕਿ ਅਸੀਂ ਸਕੂਲ ਆਫ ਐਮੀਨੈਂਸ ਖੋਲ੍ਹੇ ਤਾਂ ਕਰਕੇ ਅਰੈਸਟ ਹੋ ਰਹੇ ਹਾਂ, ਅਸੀਂ ਮੁਹੱਲਾ ਕਲੀਨਿਕ ਖੋਲ੍ਹੇ ਆ ਤਾਂ ਸਾਡੇ ਲੀਡਰ ਅਰੈਸਟ ਹੋ ਰਹੇ ਨੇ। ਇੱਥੇ ਤਾਂ ਇਹ ਹੈ ਕਿ ਉਹ ਸਾਡੇ ਕੰਮਾਂ ਨੂੰ ਰੋਕ ਰਹੇ ਨੇ ਕਿ ਕੰਮ ਨਾ ਕਰਨ, ਨਹੀਂ ਤਾਂ ਇਹਨਾਂ ਨੂੰ ਕਾਹਦਾ ਡਰ? ਦੇਖੋ, ਲੀਡਰਾਂ ਨੂੰ ਅਰੈਸਟ ਕੀਤਾ ਜਾ ਰਿਹਾ, ਜਾਂ ਤਾਂ ਇਹਨਾਂ ਕੋਲ ਕੋਈ ਸਬੂਤ ਹੋਣ, ਸਬੂਤ ਤਾਂ ਇਹਨਾਂ ਕੋਲ ਕੋਈ ਵੀ ਨਹੀਂ ਹੈਗੇ ਨੇ, ਬਸ ਇਹਨਾਂ ਦਾ ਡਰ ਆ, ਡਰ ਕਰਕੇ ਇਹ ਸਾਡੇ ਲੀਡਰਾਂ ਨੂੰ ਫੜੇ ਅਰੈਸਟ ਕਰ ਰਹੇ ਨੇ। ਇਹ ਵੀ ਹੋ ਸਕਦਾ ਆਉਣ ਵਾਲੇ ਟਾਈਮ 'ਚ ਹੋਰ ਲੀਡਰਾਂ ਨੂੰ ਵੀ ਅਰੈਸਟ ਕਰਨ, ਪਰ ਗੱਲ ਇਹਨਾਂ ਦੇ ਡਰ ਦੀ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਅੱਗੇ ਵੱਧ ਰਹੀ ਹੈ ਅਤੇ ਉਹ ਵਧੇਗੀ ਵੀ, ਕਿਉਂਕਿ ਸਾਰੇ ਅਸੀਂ ਅਰਵਿੰਦ ਕੇਜਰੀਵਾਲ ਨੂੰ। ਕਿਤੇ ਕਿਤੇ ਪਾਰਟੀ ਛੱਬੀ ਨੂੰ ਖਿਲਾਫ ਤਾਂ ਜਾ ਰਿਹਾ? ਬਿਲਕੁਲ ਜੀ, ਇਹ ਤੁਹਾਨੂੰ ਪਤਾ ਸੈਂਟਰਲ ਗੌਰਮੈਂਟ ਸ਼ੁਰੂ ਤੋਂ ਹੀ ਇਹਦੇ ਖਿਲਾਫ ਸੀਗੀ, ਉਹ ਦੇਖ ਰਹੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ, ਲੀਡਰ ਸਾਰੇ ਇਹ ਦਿਲੋਂ ਜੁੜੇ ਨੇ ਅਤੇ ਉਹ ਇਹਨਾਂ ਨੂੰ ਪੂਰਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮਗਰ ਜਿਵੇਂ ਦੇਖੋ ਜੀ, ਅੱਜ ਜਿਵੇਂ ਧਰਨਾ ਲਗਾਇਆ ਗਿਆ ਜੀ ਭੰਡਾਰੀ ਪੁੱਲ, ਪਹਿਲਾਂ ਕਿਉਂ ਨਹੀਂ ਲਗਾਇਆ ਗਿਆ ਜਦੋਂ ਅੰਦਰ ਹੈਗੇ ਸੀ? ਦੇਖੋ, ਸਾਨੂੰ ਜਦੋਂ ਉੱਪਰੋਂ ਆਰਡਰ ਆਉਣਗੇ, ਦੇਖੋ ਅਸੀਂ ਤਾਂ ਹਮੇਸ਼ਾ ਤਿਆਰ ਬੈਠੇ ਹਾਂ, ਜਦੋਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਬੈਠੇ ਨੇ ਉੱਥੇ, ਉਹਨਾਂ ਦੇ ਆਦੇਸ਼ ਆਏ ਨੇ ਅਤੇ ਅਸੀਂ ਅੱਜ ਇੱਥੇ ਤਿਆਰ ਹਾਂ। ਜਦੋਂ ਉਹ ਸਾਨੂੰ ਉੱਥੋਂ ਜੇਲ੍ਹ 'ਚੋਂ ਕੋਈ ਵੀ ਸੰਦੇਸ਼ ਭੇਜਣਗੇ, ਅਸੀਂ ਤਾਂ ਉਹਨਾਂ ਲਈ ਖੜ੍ਹੇ ਹਾਂ ਵੀ ਖੜ੍ਹੇ ਰਹਾਂਗੇ। ਮਗਰ ਜਿਵੇਂ ਕਾਂਗਰਸ ਵੀ ਤੁਹਾਡੇ ਨਾਲ ਹੈਗੀ ਖਲੋਤੀ, ਮਗਰ ਕਾਂਗਰਸ ਨੂੰ ਵੀ ਦੇਖੋ ਜੀ ਰੇਟ ਪੈ ਰਹੇ ਆ, ਉਹਨਾਂ ਦੇ ਆਮ ਆਦਮੀ ਬੰਦੇ ਵੀ ਅੰਦਰ ਜਾ ਰਹੇ ਆ, ਮਗਰ ਜਿਹੜੇ ਮੈਡਮ ਜਾ ਛੁੱਟ ਕੇ ਵੀ ਆ ਗਏ ਆ ਅਤੇ ਉਹਨਾਂ ਨੇ ਦੇਖੋ ਜੀ 6 ਮਹੀਨੇ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ।
ਬਿਲਕੁਲ ਜੀ, ਇਹ ਵੀ ਸਾਡੀਆਂ ਸਾਰਿਆਂ ਦੀ ਸਟਰਗਲ ਦੇ ਕਰਕੇ ਅਸੀਂ ਧਰਨੇ ਲਗਾ ਰਹੇ ਹਾਂ, ਥਾਂ ਥਾਂ 'ਤੇ ਪ੍ਰੋਟੈਸਟ ਕਰ ਰਹੇ ਪਏ ਹਾਂ, ਉਹਦੇ ਕਰਕੇ ਸਾਡੇ ਲੀਡਰ ਜਿਹੜੇ ਆ ਉਹ ਆਏ ਆ ਬਾਹਰ, ਹੁਣ 6 ਮਹੀਨੇ ਬਾਅਦ ਸਾਡੇ ਸੀਗੇ ਕਿ ਆਏ ਨੇ, ਪਰ ਸਬੂਤ ਦੇਖੋ ਸਬੂਤ ਨਹੀਂ ਨਾ ਮਿਲਦਾ ਗੱਲ 'ਤੇ, ਅਸੀਂ ਸਬੂਤ ਹੀ ਕਰਦੇ ਹਾਂ ਕਿ ਇਹ ਬਿਨਾਂ ਕਿਸੇ ਕਾਰਨ ਦੀ ਅਰੈਸਟ ਕਰ ਰਹੇ ਨੇ ਸਾਨੂੰ। ਬਿਲਕੁਲ ਜੀ, ਅਸੀਂ ਜੋ ਵੀ ਸਾਨੂੰ ਆਦੇਸ਼ ਹੋਣਗੇ ਅਸੀਂ ਫਿਰ ਉਹਨਾਂ ਦੀ ਖਾਤਰ ਆਪਣੇ ਸੁਪਰੀਮ ਨੂੰ ਅਰਵਿੰਦ ਕੇਜਰੀਵਾਲ ਜੀ ਵਾਸਤੇ ਜੋ ਵੀ ਹੋਏਗਾ ਅਸੀਂ ਕਰਾਂਗੇ। ਜਿਹੜੀਆਂ 2024 ਨੂੰ ਵੋਟਾਂ ਆ ਰਹੀਆਂ ਉਸ ਕਰਕੇ ਇਹ ਕਰ ਰਹੇ ਆ ਕਿ ਬਿਲਕੁਲ ਬਿਲਕੁਲ ਕਰਦੇ ਆ, ਇਹ 2024 ਦੀ ਇਲੈਕਸ਼ਨ ਕਰਕੇ ਇਹ ਰੋਕਿਆ ਜਾ ਰਿਹਾ ਸਾਰਾ ਕੁਛ, ਵੀ ਇਹ ਜਿਹੜੀ ਸੈਂਟਰ ਗੌਰਮੈਂਟ ਇਹ ਇਹਨਾਂ ਦੀ ਸ਼ਰਾਰਤ ਹੈਗੀ ਆ। ਦੇਖੋ ਇਹਨਾਂ ਨੂੰ ਡਰ ਕਾਹਦਾ, ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਕਿ ਇਹ ਜੇ ਕਹਿੰਦੇ ਕਿ ਅਸੀਂ ਪਾਵਰ ਆ ਸਾਡੇ ਕੋਲ ਸਭ ਕੁਛ ਹੈਗਾ, ਫਿਰ ਸਾਡੇ ਲੀਡਰਾਂ ਨੂੰ ਕਿਉਂ ਫੜਦੇ ਪਏ ਆ? ਇਹਨਾਂ ਨੂੰ ਪਤਾ ਵਾ ਕਿਤੇ ਨਾ ਕਿਤੇ ਇੱਕ ਡਰ ਖਾਂਦਾ ਵਾ ਕਿ ਇਹ ਜਿਹੜੇ ਸੱਚੋਂ ਦਿਲੋਂ ਜੁੜੇ ਹੋਏ ਨੇ ਇਹ ਸਾਨੂੰ, ਇਹ ਕਿਤੇ ਅਸੀਂ ਕਿਸੇ ਕਾਰਨ ਕਰਕੇ ਰਹਿ ਨਾ ਚਾਹੀਏ, ਇਹਨਾਂ ਨੂੰ ਡਰ ਵਾ ਬਸ, ਡਰ ਸਿਖਾਉਂਦਾ। ਮਗਰ ਜਿਵੇਂ ਦੇਖੋ ਜੀ ਮੋਦੀ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਮੈਂ ਪੰਜਾਬ ਵਿੱਚ ਪੂਰੀ ਜਿੱਤ ਲੈ ਕੇ ਜਾਣੀ ਹੈ, ਮਗਰ ਪੰਜਾਬ ਵਿੱਚ ਦਿੱਤਾ ਕੀ ਹੈ ਅੱਜ ਤੱਕ? ਨਾ ਨੌਕਰੀਆਂ, ਨਾ 15-15 ਲੱਖ ਕਹਿੰਦੇ ਦੇਵਾਂਗੇ, ਨਾ ਉਹ ਮਿਲਿਆ, ਮਗਰ ਇਹ ਉਮੀਦ ਕੀ ਰੱਖਦੇ ਆ? ਬੀਜੇਪੀ ਨੇ ਕੀਤਾ ਕੁਝ, ਬੀਜੇਪੀ ਕਹਿੰਦੀ ਪਈ ਆ ਸਾਡੀ ਸਰਕਾਰ ਜਦੋਂ ਦੀ ਆਈ ਹੈ ਬਹੁਤ ਕੰਮ ਕਰਦੀ ਹੈ, ਤੁਸੀਂ ਹਰ ਘਰ ਵਿੱਚ ਪਹੁੰਚੋ, ਅਸੀਂ ਰੋਜ਼ ਨਿੱਤ ਮੀਟਿੰਗਸ ਕਰ ਰਹੇ ਹਾਂ ਲੇਡੀਜ਼ ਦੀਆਂ, ਅਤੇ ਲੇਡੀਜ਼ ਜੁਆਇਨ ਹੋ ਰਹੀਆਂ, ਕਿਉਂ ਹੋ ਰਹੀਆਂ? ਕਿਉਂਕਿ ਸਭ ਤੋਂ ਵੱਧ ਇੱਕ ਖਰਚਾ ਜਿਹੜਾ ਘਰ ਦਾ ਚਲਾਉਣਾ, ਇੱਕ ਲੇਡੀਜ਼ ਨੂੰ ਪਤਾ ਹੈ ਕਿ ਘਰ ਕਿੱਦਾਂ ਚਲਾਇਆ ਜਾ ਰਿਹਾ, ਮੁਹੱਲਾ ਕਲੀਨਿਕ ਖੋਲ੍ਹਿਆ ਉਹਨਾਂ ਦੀ। ਮੇਰਾ ਨਾਮ ਭਗਤ, ਅੱਜ ਭੰਡਾਰੀ ਬੋਲੇ ਧਰਨਾ ਲਗਾਇਆ ਗਿਆ, ਅੱਜ MLA ਸਾਰੇ ਪਹੁੰਚੇ ਆ, ਮਗਰ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਤੇ ਔਰ ਕੇਜਰੀਵਾਲ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ 15 ਦਿਨ ਅੰਦਰ ਲਾ ਗਿਆ ਆ? ਦੇਖੋ ਸਾਡੇ ਹਰਮਨ ਪਿਆਰਾ ਨੇਤਾ ਨੇ ਕੇਜਰੀਵਾਲ, ਇਹਨਾਂ ਨੇ ਬਗੈਰ ਵਜ੍ਹਾ ਤੋਂ ਉਹਨਾਂ ਨੂੰ ਅੰਦਰ ਕੀਤਾ ਹੋਇਆ, ਇਹ ਸਾਰਾ ED ਦਾ ਖੇਲ, ਇਹਨਾਂ ਦੀ ED ਆਪਣੀ ਟੀਮ ਹੈਗੀ ਆ ਜਿਹਦੇ ਕਰਕੇ ਇਹਨਾਂ ਨੇ ਇਹਨਾਂ ਨੂੰ ਅੰਦਰ ਕੀਤਾ। ਅਸੀਂ ਇਹ ਇਹਨਾਂ ਦੀ ਸਕੀਮ ਪਾਸ ਨਹੀਂ ਹੁੰਦੇ ਨੇ, ਇਹ ਜੋ ਮਰਜ਼ੀ ਕਰਦੇ ਰਹਿਣ, ਅਸੀਂ ਐਂਡ ਟਾਈਮ ਤੱਕ ਲੇਡੀਜ਼ ਸਾਰੀਆਂ ਇਹਨਾਂ ਨਾਲ ਲੜਾਂਗੇ, ਇਹ ਸਾਡਾ ਵਾਅਦਾ ਹੈਗਾ। ਮੋਦੀ ਸਰਕਾਰ ਨੂੰ ਸਿਰਫ ਡਰ ਹੀ ਆਮ ਆਦਮੀ ਪਾਰਟੀ ਦਾ। ਮਗਰ ਜਿਵੇਂ ਪ੍ਰਧਾਨ ਮੰਤਰੀ ਕਹਿੰਦਾ ਕਿ ਮੈਂ ਪੰਜਾਬ 'ਚ ਸੀਟਾਂ ਲੈ ਕੇ ਜਾਵਾਂਗਾ, ਪ੍ਰਧਾਨ ਮੰਤਰੀ ਕੀ ਇਹ ਜਿੱਤਣਗੇ? ਬਿਲਕੁਲ ਨਹੀਂ ਜਿੱਤਣਗੇ, ਬਿਲਕੁਲ ਨਹੀਂ। ਲੋਕ ਇਹਨਾਂ ਦੇ ਇੰਨੇ ਬਰਖਿਲਾਫ ਹੋ ਗਏ ਕੇਜਰੀਵਾਲ ਸਾਹਿਬ ਨੂੰ, ਜੋ ਇਹਨਾਂ ਨੇ ਕੰਮ ਕੀਤਾ ਇੰਨਾ ਗਲਤ ਕੰਮ ਕੀਤਾ ਨਾ, ਅਸੀਂ ਇਸ ਚੀਜ਼ ਦਾ ਬਹੁਤ ਜ਼ਿਆਦਾ ਵਿਰੋਧ ਕਰਦੇ ਪਏ ਹਾਂ। ਜਿਵੇਂ ਭਗਵੰਤ ਮਾਨ ਨੇ ਦੇਖੋ ਜੀ ਹਸਪਤਾਲ ਬਣਵਾਏ, ਠੀਕ ਹੈ ਵਗੈਰਾ, ਉਹਨਾਂ ਨੇ ਬੜਾ ਕੰਮ ਕੀਤਾ, ਬੱਸਾਂ ਵੀ ਟਿਕਟਾਂ ਵੀ ਫਰੀ ਕੀਤੀਆਂ, ਮਗਰ ਦੇਖੋ ਜੀ ਪ੍ਰਧਾਨ ਮੰਤਰੀ ਮੋਦੀ ਨੇ 15 ਲੱਖ ਰੁਪਇਆ ਕਹਿੰਦੇ ਸਾਰਿਆਂ ਨੂੰ ਪਾਵਾਂਗੇ, 15 ਲੱਖ ਨਹੀਂ, ਇੰਨਾ ਨੌਕਰੀਆਂ ਮਿਲੀਆਂ, ਠੀਕ ਹੈ। ਕਿਸ ਉਮੀਦ 'ਤੇ ਕਹਿੰਦੇ ਆ ਕਿ ਅਸੀਂ ਪੈਸੇ ਦੇਣਾ ਹੈ ਪੰਜਾਬ 'ਚ, ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਇਹ ਗੱਲ ਸਹੀ ਹੈ? ਕੌਣ ਕਹਿ ਰਿਹਾ ਜੀ ਮਾਰਨ ਦੀ? ਪ੍ਰਧਾਨ ਮੰਤਰੀ ਨੂੰ ਕਹਿ ਰਹੇ, ਗਲਤ ਕਹਿ ਰਹੇ ਹੈ, ਝੂਠ ਬੋਲਦੇ। ਆਮ ਆਦਮੀ ਪਾਰਟੀ ਇੱਕ ਇਮਾਨਦਾਰ ਸ਼ਰੀਫ ਪਾਰਟੀ ਹੈਗੀ ਹੈ, ਔਰ ਇੰਨੇ ਇੰਨੇ ਵੱਡੇ ਬਿਜ਼ਨਸਮੈਨ, ਇੰਨੀਆਂ ਸ਼ਰੀਫ ਲੇਡੀਜ਼ ਤੁਸੀਂ ਘਰਾਂ 'ਚੋਂ ਨਿਕਲਦੀਆਂ ਦੇਖੀਆਂ ਕਦੀਆਂ? ਜਿਹੜੀਆਂ ਹੁਣ ਇੰਨੀਆਂ ਸ਼ਰੀਫ ਲੇਡੀਜ਼ ਘਰਾਂ 'ਚੋਂ ਨਿਕਲੀਆਂ, ਖਾਨਦਾਨੀ ਲੇਡੀਜ਼ ਹੈ ਇਹ ਸਭ, ਜਿੰਨੀਆਂ ਵੱਡੀਆਂ ਖਾਨਦਾਨੀ ਲੇਡੀਜ਼ ਹੈ, ਇਹ ਕੋਈ ਲੱਲੂ ਪੰਜੂ ਨਹੀਂ ਗਈਆਂ ਕਿ ਪੈਸੇ ਦੇ ਕੇ ਤੋਰਨ ਵਾਲੀਆਂ ਲੇਡੀਜ਼ ਹੈ। ਇਹ 2024 ਵੋਟਾਂ ਕਰਕੇ ਹੋ ਰਿਹਾ ਕਿ ਐਸੇ ਵੋਟਾਂ ਕਰਕੇ? ਕਿਉਂਕਿ ਇਹਨਾਂ ਨੇ ਸਾਡੇ ਕੇਜਰੀਵਾਲ ਸਾਹਿਬ, ਅਸੀਂ ਵੋਟਾਂ ਦੀ ਗੱਲ ਇੱਕ ਅਲੱਗ ਕਰਦੇ, ਇਹਨਾਂ ਨੇ ਸਾਡੇ ਕੇਜਰੀਵਾਲ ਸਾਹਿਬ ਨੂੰ ਹਰਮਨ ਪਿਆਰੇ ਨੇਤਾ ਸਾਡੇ ਹੈਗੇ ਜਿਹੜੇ ਇਹਨਾਂ ਨੇ ਅੰਦਰ ਕਰਕੇ ਰੱਖੇ ਆ, ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਲੇਡੀਜ਼ ਨੇ, ਯਾਦ ਰੱਖਣ ਵਾਲੀ ਮੋਦੀ ਸਰਕਾਰ ਇਸ ਚੀਜ਼ ਨੂੰ ਯਾਦ ਰੱਖੇ, ਅਸੀਂ ਮਰਦੀਆਂ ਮਰ ਜਾਂਗੀਆਂ ਪਰ ਇਸ ਗੱਲ ਦਾ ਜਵਾਬ ਅਸੀਂ ਇਹਨੂੰ ਦੇ ਕੇ ਛੱਡਾਂਗੇ ਇੱਕ ਵਾਰੀ। ਮਗਰ ਅੱਜ ਦਾ ਦਿਨ ਲੋਕਾਂ ਨੂੰ ਕੀ ਮੈਸੇਜ ਦਿਓਗੇ? ਅਸੀਂ ਲੋਕਾਂ ਨੂੰ ਇਹ ਮੈਸੇਜ ਦਿੰਦੇ ਵੀ ਆ, ਇਹ ਮੋਦੀ ਸਰਕਾਰ ਇੱਕ ਨੰਬਰ ਦੀ ਗੰਦੀ ਸਰਕਾਰ ਹੈਗੀ ਆ, ਜਿਹੜੀ ED ਦਾ ਸਕੀਮ ਲਗਾ ਕੇ ED ਦਾ ਆਪਣਾ ਗਲਤ ਇਸਤੇਮਾਲ ਕਰਦੇ ਪਏ ਨੇ। ਇਹ ਉਸ ਤੋਂ ਬਾਅਦ ਵੀ ਕਰਨਗੇ, ਵੋਟਾਂ ਦੇ ਬਾਅਦ ਵੀ ਕਰਨਗੇ, ਇਹ ਜਦੋਂ ਜਦੋਂ ਕਰਨਗੇ।
ਅਸੀਂ ਇਹਨਾਂ ਨਾਲ ਲੜਾਂਗੇ। ਮਗਰ ਤੁਸੀਂ ਦਿੱਲੀ ਜਾਓਗੇ? ਦਿੱਲੀ ਜਾਣਾ ਪਏਗਾ, ਕੇਜਰੀਵਾਲ ਸਾਹਿਬ ਨੂੰ ਦਿੱਲੀ ਜਾਣਾ ਪਏਗਾ, ਉੱਥੇ ਸਾਡੀ ਜਾਨ ਹਾਜ਼ਰ ਹੈ। ਅਸੀਂ ਜਾਵਾਂਗੇ, ਗਏ ਵੀ ਹਾਂ ਤੇ ਜਾਵਾਂਗੇ। ਅਸੀਂ ਇਹਦੀ ਸਕੀਮ ਪਾਸ ਨਹੀਂ ਹੋਣ ਦੇਣੀ, ਇਹ ਜੋ ਖੇਲ ਖੇਲਦਾ ਵੀ ਇਹਨਾਂ ਦਾ ਅਸੀਂ ਕਾਮਯਾਬ ਨਹੀਂ ਹੋਣ ਦੇਣਾ। ਇਹਨੂੰ ਕਹਿ ਦੇਣਾ ਯਾਦ ਰੱਖੇ ਜਿੱਥੇ ਵੀ ਗਾ ਸੁਣ ਲਵੇ, ਝਾਂਸੀ ਦੀਆਂ ਰਾਣੀਆਂ ਨੇ ਇੱਕ ਵਾਰੀ ਦੱਸ ਦਾਂਗੇ ਇਹਨੂੰ ਕਿ ਆਮ ਆਦਮੀ ਪਾਰਟੀ ਹੈ ਕੀ ਹੈ। ਮਗਰ ਭਗਵੰਤ ਮਾਨ ਨੂੰ ਵੀ ਕਿਹਾ ਗਿਆ ਜੀ ਕਿ ਨਸ਼ੇ ਬਾਜ਼ ਹੈਗਾ ਤੇ ਇਹ ਕਰਦਾ। ਕੋਈ ਨਸ਼ੇ ਬਾਜ਼ ਨਹੀਂ ਹੈ, ਕੁਛ ਨਹੀਂ ਹੈਗਾ। ਭਗਵੰਤ ਮਾਨ ਜੀ ਇੰਨੇ ਦਿਲ ਦੇ ਸੱਚੇ ਔਰ ਇੰਨੇ ਵਧੀਆ ਇਨਸਾਨ ਹੈਗੇ ਆ, ਇੰਨੇ ਵਧੀਆ ਕੰਮ ਕਿੰਨੇ ਕੀਤੇ ਆ। ਸਕੂਲ ਉਹਨਾਂ ਨੇ ਬਣਵਾਏ, ਫਿਰ ਉਸ ਤੋਂ ਬਾਅਦ ਉਹਨਾਂ ਨੇ ਹਸਪੀਟਲ ਖੋਲਿਆ। ਪੈਨਸ਼ਨਾਂ ਦੇਖੋ ਕਿੰਨੀਆਂ ਲੱਗਦੀਆਂ ਪਈਆਂ, ਕਿਹੜਾ ਕੰਮ ਨਹੀਂ ਹੈ। ਬੱਤੀ ਦੇ ਬਿੱਲ ਤੋਂ ਲੇਡੀਜ਼ ਬਹੁਤ ਖੁਸ਼ ਹੈ। ਇਹਨੂੰ ਕਹ ਤੂੰ ਜੋ ਕਰਨਾ ਨਾ ਕਰ ਲੈ, ਔਰਤਾਂ ਵਾਸਤੇ ਜੋ ਜਿੱਤ ਕੇ ਦਿਖਾਵਾਂਗੇ, ਜਿੱਤ ਕੇ ਦਿਖਾਵਾਂਗੇ, ਬਿਲਕੁਲ ਜਿੱਤਾਂਗੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸਾਡੀ ਪਾਰਟੀ ਦੀਆਂ ਲੇਡੀਜ਼ ਜਿਹੜੀਆਂ ਨਾ ਝਾਂਸੀ ਦੀਆਂ ਰਾਣੀਆਂ ਹੈ, ਸਮਝ ਗਏ? ਉਹਨੂੰ ਸਮਝਾ ਦੋ, ਜਿੱਥੇ ਨਹੀਂ ਗਿਆ ਸੁਣ ਲਵੇ ਆਪਣੀਆਂ ਦੀਆਂ 13 ਸੀਟਾਂ ਲੈ ਕੇ ਵਹਾਵਾਂਗੇ। ਨਾਰੀ ਸ਼ਕਤੀ ਜ਼ਿੰਦਾਬਾਦ।